कैलिफोर्निया के नाम और शहर बेकरफील्ड के मिस अमेरिका पंजाबन का जो समागम हो रहा है, मैं धन्यवादी हाँ मेरे परम मित्र प्रोफेसर गुरभाई मेल जी, जसवीर भट्ट जी और उन्होंने पुराने साथी परम मित्र मेरे बहुत ही परम मित्र अजीत पठान जी, उन्होंने साथी एसी साहब दुसान जी जल साहब और सारे ही प्रबंधकों का, खास तौर पर आशा शर्मा जी जिन्होंने मैं अगर पंजाब की बोल कह जिन्होंने गीतों वर्गे बोल ने और इन्हों को बहुत कुछ सीखने का सुनने का मौका लगता है। और अज ये जो समागम है बहुत ही सियाने के सूझवान जोड़े इंसान ने उन्होंने अपनी सोच के मुताबिक जो अमेरिका के मलवाकी गुरद्वारा साहब एक घटना वापरी है उन्होंने शहीदों को समर्पित किया। मैं भी थोड़े सारिया के नाल शामिल हो के जिते उन्होंने शहीदों को अपनी श्रद्धा से सत्कार भेंट करदा उत्थे तुहाडा भी बहुत धन्यवादी हाँ। जिते तुसीं सत समुद्रां तो पार आके अपना जो अमीर विरसा है उस विरसे के वारस बने हो और उसनों संभाल के रखने का यत्न भी कर रहे हो, जिते तुसीं शोहरत अते सरमाया कमाया उत्थे मैं समझदा अपने दोस्तों भी अपनाया। बहुत सारे मेरे भी साथी जिस तरह रवि गरेवाल जी, इकबाल सिंह होनी बैठे ने, बबी बराड़ और बहुत सारे आपा पंजाब इतने आते जाते रहने आ जड़िया धीं ने जिन्होंने पार्टिसिपेट किया, जिन्होंने इतने पैदा हो के भी और उस अमीर विरसे दिया जो उच्चिया सुचिया रवायत ने उन्होंने भी कायम रखने का यत्न किया। और खास तौर पर धियां की कुड़िया की गल की है, गिल साहब बहुत सियाने ने इन्हों की समुद्रों डूंगी और आकाश तो उच्ची सोच के मालिक ने। जिस तरह सियाने कहते हैं कि जेडे घर में कुड़ियां किताबा नहीं वो घर कब्रस्तान वर्गे होते हैं, जे धियां नहीं होनगियां तो नौहां कितों बहनगियां, जे नौहां बहनगियां तो ही धियां से पुत पैदा होंगे। सो ये सारी जेड़ी कहानी है वो आप बोलियां के राही इन्हों के गीतों राही भी आप सुनिया। अक्सर प्रोफेसर मोहन सिंह का मेला वो लुधियाने लगता है, हम जसोवाल साहब ने गुरभाई मंगेल होर ने उस मेले को पूरे पंजाब घुमाया। बहुत चोटी के कलाकार जोड़े अज तुम सुनते हो वो प्रोफेसर मोहन सिंह मेले की प्रोडक्शन ने उन्होंने देन ने। और 1992-93 जसवीर ढाठ होर ने जोड़ा ये
ਵੈਸਟ ਪੰਜਾਬਣ ਦਾ ਸ਼ੁਰੂ ਕੀਤਾ ਸੀ ਕੰਪੀਟੀਸ਼ਨ ਔਰ ਸੱਤ ਸਮੁੰਦਰਾਂ ਤੋਂ ਬਾਹਰ ਆ ਕੇ ਇੱਥੇ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਹੁਣ ਇੰਗਲੈਂਡ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੇ ਉਹ ਪਾਰਟੀਸਪੇਟ ਕਰਦੀਆਂ ਨੇ। ਅੱਜ ਵੀ ਆਪਾਂ ਬੜੀ ਗੰਭੀਰਤਾ ਦੇ ਨਾਲ ਇਹ ਸਾਰਾ ਸਮਾਗਮ ਦੇਖ ਰਹੇ ਹਾਂ। ਜਿਸ ਤਰ੍ਹਾਂ ਸਿਆਣੇ ਕਹਿੰਦੇ ਨੇ, ਜਿਹਨੇ ਛਪਾਰ ਦਾ ਮੇਲਾ ਨਹੀਂ ਦੇਖਿਆ, ਜਗਰਾਵਾਂ ਦੀ ਰੌਸ਼ਨੀ ਨਹੀਂ ਦੇਖੀ, ਮੋਗੇ ਦੀਆਂ ਤੀਆਂ ਨਹੀਂ ਦੇਖੀਆਂ, ਅੰਮ੍ਰਿਤਸਰ ਦੀ ਦੀਵਾਲੀ ਨਹੀਂ ਦੇਖੀ, ਮੁਕਤਸਰ ਦੀ ਮਾਘੀ ਨਹੀਂ ਦੇਖੀ, ਦਮਦਮਾ ਸਾਹਿਬ ਦੀ ਵਿਸਾਖੀ ਨਹੀਂ ਦੇਖੀ, ਜਿਹਨੇ ਵਾਰਿਸ ਸ਼ਾਹ ਦੀ ਹੀਰ ਨਹੀਂ ਪੜ੍ਹੀ, ਜਿਹਨੇ ਸ਼ਾਹ ਮੁਹੰਮਦ ਦਾ ਜੰਗਨਾਮਾ ਨਹੀਂ ਪੜ੍ਹਿਆ, ਔਰ ਜਿਹਨਾਂ ਨੇ ਏਕਰ ਸਟੀਟ ਦਾ ਮਿਸ ਅਮੈਰੀਕਾ ਪੰਜਾਬਣ ਦਾ ਮੁਕਾਬਲਾ ਨਹੀਂ ਦੇਖਿਆ, ਉਹਨਾਂ ਦਾ ਜੀਵਨ ਅਧੂਰ ਹੈ। ਅੱਜ ਸਮਾਗਮ ਬਹੁਤ ਵਧੀਆ, ਲੇਕਿਨ ਜਿਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ, ਇਹ ਨਹੀਂ ਕਰਦਾ ਕਿ ਕੁਛ ਹੋਰ ਗੱਲਾਂ ਕੀਤੀਆਂ ਜਾਣ, ਲੇਕਿਨ ਮੈਂ ਜਿੱਥੇ ਰਾਜਨੀਤੀ ਦਾ ਵਿਦਿਆਰਥੀ ਹਾਂ, ਉੱਥੇ ਸਾਹਿਤ ਦੇ ਕਲਾ ਦਾ ਪ੍ਰੇਮੀ ਹਾਂ। ਸਾਡੀਆਂ ਸਤਿਕਾਰਯੋਗ ਮਾਵਾਂ ਭੈਣਾਂ ਬੈਠੀਆਂ ਨੇ, ਇਹਨਾਂ ਦਾ ਪਿਛੋਕੜ ਵੀ ਪੰਜਾਬ ਨਾਲ ਜੁੜਿਆ ਹੋਇਆ। ਜਦੋਂ ਇਹਨਾਂ ਨੇ ਉਹ ਦਿਨ ਵੀ ਸ਼ਾਇਦ ਦੇਖੇ ਹੋਣਗੇ ਜਿਵੇਂ ਸਾਡੇ ਸਤਿਕਾਰਯੋਗ ਮਹਿੰਗਾ ਸਿੰਘ ਸੁਹੇੜਾ ਜਿਹੜਾ ਉਹ ਇੱਥੇ ਬੋਲ ਕੇ ਗਏ ਨੇ, ਬੜੇ ਉੱਚ ਕੋਟੀ ਦੇ ਬਿਜ਼ਨਸਮੈਨ ਨੇ, ਜਦੋਂ ਪੰਜਾਬ ਦੇ ਕੋਟਿਆਂ 'ਤੇ ਦੋ ਬੰਡੇ ਖੜ੍ਹੇ ਕਰਕੇ ਲਾਊਡ ਸਪੀਕਰ ਵੱਜਦਾ ਸੀ ਔਰ ਉਦੋਂ ਗੀਤ ਗਾਏ ਜਾਂਦੇ ਸੀ, ਭੱਠੀ ਉੱਤੇ ਖੜ੍ਹ ਕੇ ਮੈਂ ਗਾਣੇ ਵੀ ਬਣਾਉਣੀ ਆ, ਤੇਰੀਆਂ ਖਿਲਾਂ 'ਤੇ ਮੇਰੇ ਰੋਡ ਮੁੰਡਿਆ, ਪੇਕੀ ਛੱਡ ਗਿਆ ਮਹੀਨਾ ਇੱਕ ਹੋਰ ਮੁੰਡਿਆ, ਔਰ ਫਿਰ ਜਵਾਬ ਕੀ ਬਣਦਾ ਸੀ ਗਿੱਲ ਸਾਹਿਬ ਵਰਗਾ ਜਿਹੜਾ ਨੌਜਵਾਨ ਹੁੰਦਾ ਸੀ, ਗੱਭਰੂ, ਗੱਭਰੂ 'ਤੇ ਪਟਿਆਰ ਦੀ ਗੱਲ ਚੱਲਦੀ ਸੀ, ਉਹ ਕਹਿੰਦਾ ਸੀ ਪੇਕਿਆਂ ਦੇ ਪਿੰਡ ਰਹੀ ਅਠਾਰਾਂ ਵਰੇ ਤੰਗ ਕਰੇ, ਪੇਕਿਆਂ ਦੇ ਪਿੰਡ ਰਹੀ ਅਠਾਰਾਂ ਵਰੇ ਤੰਗ ਕਰੇ, ਲਿਪਦੀ ਨੇਰਿਆਂ ਦੇ ਲਿਪਦੀ ਬਨੇਰਿਆਂ ਦੇ ਲੋੜ ਬੋਲੀਏ, ਹੁਣ ਸਹੁਰਿਆਂ ਦੇ ਘਰ ਤੇਰੀ ਲੋੜ ਬੋਲੀਏ। ਆਸ਼ਾ ਜੀ ਦਰੁਸਤ ਕਰ ਰਹੇ ਨੇ ਕਿਉਂਕਿ ਥੋੜ੍ਹਾ ਬਹੁਤ ਸਮਾਂ ਹੋ ਗਿਆ। ਸੋ ਇਸ ਕਰਕੇ ਜਿਹੜੀਆਂ ਪੰਜਾਬ ਦੀਆਂ ਬੋਲੀਆਂ ਨੇ, ਜੋ ਪੰਜਾਬ ਦੇ ਗੀਤ ਨੇ, ਉਹ ਹੁਣ ਪੰਜਾਬ ਨਾਲੋਂ ਜ਼ਿਆਦਾ ਇਹਨਾਂ ਦੇਸ਼ਾਂ ਵਿੱਚ ਸੁਣਨ ਨੂੰ ਮਿਲਦੇ ਨੇ, ਔਰ ਮੈਂ ਬਹੁਤ ਧੰਨਵਾਦੀ ਹਾਂ। ਔਰ ਜਿੱਥੇ ਅੱਜ ਸਿੱਖੀ ਦਾ ਪ੍ਰਚਾਰ ਔਰ ਪ੍ਰਸਾਰ ਹੋ ਰਿਹਾ, ਪੰਜਾਬ ਦੇ ਵਿੱਚੋਂ ਸਿੱਖੀ ਗਾਇਬ ਹੁੰਦੀ ਜਾਂਦੀ ਹੈ, ਪੰਜਾਬ ਦੇ ਵਿੱਚੋਂ ਲੋਕ ਮਾਵਾਂ ਜਿਹੜੀਆਂ ਨੇ ਗਾਇਬ ਹੁੰਦੀਆਂ ਜਾਂਦੀਆਂ ਨੇ। ਢਾਡੀ ਜਿਹੜੇ ਮਰਾਸੀ ਜਿਹੜੇ ਹੁੰਦੇ ਸੀ ਉਹ ਆਪਣੀਆਂ ਨਕਲਾਂ ਸੁਣਾਉਂਦੇ ਸੀ, ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਿਸਰ ਰਹੀਆਂ ਨੇ। ਆਸ਼ਾ ਸ਼ਰਮਾ ਜੀ ਨੂੰ ਇਸ ਗੱਲ ਦਾ ਮਾਣ ਹਾਸਲ ਹੈ, ਸਰਦਾਰ ਬੇਅੰਤ ਸਿੰਘ ਜੀ ਮਰਹੂਮ ਮੁੱਖ ਮੰਤਰੀ ਪੰਜਾਬ, ਜਿਹਨਾਂ ਨੇ ਪੰਜਾਬ ਵਿੱਚ ਸ਼ਾਂਤੀ ਲਿਆ ਕੇ ਤੁਹਾਨੂੰ ਸਾਰਿਆਂ ਨੂੰ ਫਿਰ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਆਉਣ ਜਾਣ ਦਾ ਮੌਕਾ ਦਿੱਤਾ। ਮਾੜਿਆਂ ਸਮਿਆਂ ਵਿੱਚ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ। ਆਸ਼ਾ ਜੀ ਵੀ ਸ਼ਾਇਦ ਅਗਰ ਪੰਜਾਬ ਦਾ ਮਾਹੌਲ ਇਹੋ ਜਿਹਾ ਨਾ ਹੁੰਦਾ, ਸ਼ਾਇਦ ਇਹ ਵੀ ਅਮੈਰੀਕਾ ਦੀ ਧਰਤੀ 'ਤੇ ਨਾ ਆਉਂਦੇ, ਪਰ ਮੈਂ ਮਹਿਸੂਸ ਕਰਦਾ ਕਿ ਇਹਨਾਂ ਨੇ ਵੀ ਆ ਕੇ ਪੰਜਾਬੀ ਵਿਰਸੇ ਨੂੰ ਜਿਉਂਦਾ ਰੱਖਣ ਵਾਸਤੇ ਆਪਣਾ ਅਣਮੁੱਲਾ ਯੋਗਦਾਨ ਪਾਇਆ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇੱਥੇ ਪ੍ਰਬੰਧਕਾਂ ਦਾ ਧੰਨਵਾਦੀ ਹਾਂ। ਉੱਥੇ ਗੁਰਜਿੰਦਰ ਰੰਧਾਵਾ, ਇਹ ਵੀ ਸਾਡੇ ਦੋਸਤ ਨੇ, ਇਹ ਵੀ ਹੈਬੋਵਾਲ ਰਹਿੰਦੇ ਸੀ ਔਰ ਹੈਬੋਵਾਲ ਦਾ ਜਿਹੜਾ ਏਰੀਆ ਉਹ ਮੇਰੇ ਹਲਕੇ ਵਿੱਚ ਪੈਂਦਾ ਸੀ। ਧਾਂਦਰੇ ਪਿੰਡ ਦੀਆਂ ਗੱਲਾਂ ਵੀ ਬੜੀਆਂ ਚੱਲੀਆਂ ਨੇ, ਜਿੱਥੋਂ ਦਾ ਸ਼ੰਦੀਲਾ ਰਵੀ ਗਰੇਵਾਲ ਨੇ ਵੀ ਬੜਾ ਨਾਂ ਕਮਾਇਆ, ਜਿਸ ਤਰ੍ਹਾਂ ਮਹਿੰਗਾ ਸਿੰਘ ਸੁਹੇੜੇ ਦਾ ਨਾਂ ਚੱਲਦਾ, ਇਹਨਾਂ ਦਾ ਨਾਂ ਵੀ DCM ਦੇ ਲੱਗੇ ਵਾਂਗੂ ਚੱਲਦਾ ਅਮੈਰੀਕਾ ਵਿੱਚ, ਜਿੱਥੇ ਮਰਜ਼ੀ ਪੁੱਛ ਲਓ। ਸੋ ਇਹ ਸਾਰੇ ਜਿਹੜੇ ਦੋਸਤ ਨੇ, ਦੋਸਤਾਂ ਦੀ ਦੁਨੀਆਂ ਵਿੱਚ ਇਹਨਾਂ ਦਾ ਬੜਾ ਮਾਣ ਸਤਿਕਾਰ ਹੈ, ਉਹ ਮੈਂ ਸਮਝਦਾ ਕਿ ਤੁਹਾਡੇ ਸਾਰਿਆਂ ਦੀ ਬਦੌਲਤ ਹੈ। ਅਗਰ ਜਿਵੇਂ ਕਹਿੰਦੇ ਨੇ ਪਿੰਡ ਜਿਹਨਾਂ ਦੇ ਗੱਡੇ ਚੱਲਣ ਹੁਕਮ ਅਤੇ ਸਰਦਾਰੀ, ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸਤੀ ਇੱਕ ਸਵਾਰੀ, ਬਸਣਾ ਸਰੀਕੇ ਦਾ ਨਾਭੇ ਦੀ ਸਰਦਾਰੀ, ਜੇ ਤੁਹਾਡੇ ਵਿੱਚ ਨਾ ਮਿੱਤਰ ਤਾਂ ਇੱਥੇ ਕੋਈ ਕਿਸੇ ਦਾ ਨਾਂ ਨਹੀਂ ਲੈਣ ਨੂੰ ਤਿਆਰ। ਸੋ ਆਓ ਰਲ ਕੇ ਇਕੱਠੇ ਹੋ ਕੇ ਆਪਾਂ ਆਪਣੇ ਪੰਜਾਬ ਦੇ ਵੀਰ ਵਿਰਸੇ ਨੂੰ ਬਚਾਈਏ ਔਰ ਇਸੇ ਤਰ੍ਹਾਂ ਦੇ ਸਮਾਗਮ ਕਰਾਈਏ। ਤੁਹਾਡਾ ਬਹੁਤ ਬਹੁਤ ਧੰਨਵਾਦ।